ਅਸੀਂ ਜਾਣਦੇ ਸੀਗੇ ਅਸੀਂ ਜਾਨਾਂ ਦਾ ਦੇ ਰਹੇ ਆ ਆਪਣੀਆਂ ਕੁਲੀਏ ਸਾਡਾ ਬਣਾਏ ਨੇ ਜਿੰਦਾਬਾਦ ਜਿੰਦਾਬਾਦ ਮਜ਼ਦੂਰ ਸਾਡਾ ਜਿੰਦਾਬਾਦ 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 ਸਿੰਘ ਆ ਯਾਰ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਡੇ ਸਦਰ ਦੇ ਬਾਹਰ ਨਕੋਦਰ ਦੇ ਧਰਨਾ ਲਾਣਾ ਪੈ ਰਿਹਾ ਸਭ ਤੋਂ ਪਹਿਲਾਂ ਤਾਂ फतेह बुलाइए वाहेगुरु जी का खालसा वाहेगुरु जी की फतेह जिहड़ी गुरु की ताकत नाल असीं तुरे फिरदे आ साडे देश दीआं सरकारां साडे नाल बड़े धक्के कर रही पिंड उग्गी दे विच इक जसविंदर सिंह आजाद नाँ दा साडा वर्कर आ बहुत वधिया उन्हां दा कोई दुकानां दा डिस्प्यूट चलदा बड़े लंबे अरसे तों देखो कानून दो तरह दे इत्थे चल रहे इस देश विच ਉਹਦੇ ਕੋਲ ਸਟੇ ਸੀ ਸਟੇ ਦੇ ਬਾਵਜੂਦ ਐਸ ਐਚ ਓ ਨੇ ਜਾ ਕੇ ਜਿੰਦੇ ਤੜਾ ਕੇ ਦੂਜੀ ਧਿਰ ਦਾ ਕਬਜ਼ਾ ਕਰਾਇਆ ਕਬਜ਼ਾ ਕਰਾਉਣ ਤੋਂ ਬਾਅਦ ਉਹਦੇ ਘਰ ਵਾਲੀ 'ਤੇ ਉਹਦੀਆਂ ਧੀਆਂ 'ਤੇ ਉਹਦੇ ਆਪ ਦੇ ਉੱਤੇ ਉਹਦੇ ਲਟਕੇ ਦੇ ਉੱਤੇ ਪਰਚਾ ਕਰਕੇ ਜਸਵਿੰਦਰ ਸਿੰਘ ਆਜ਼ਾਦ ਨੂੰ ਕੱਲ੍ਹ ਅੰਦਰ ਦਿੱਤਾ ਉਦੋਂ ਮਾੜੀ ਗੱਲ ਕੀ ਕੀਤੀ ਕੱਲ੍ਹ ਐਸ ਐਚ ਓ ਨੇ ਸੱਦ ਕੇ ਉਹ ਦੂਜੀ ਧਿਰ ਉਹਨਾਂ ਨੇ ਵਿੱਚ ਬਿਠਾਲ ਕੇ ਜੇ ਤੂੰ ਉਹਨਾਂ ਨੂੰ ਸੱਦਣਾ ਆ ਤੂੰ ਸਾਨੂੰ ਵੀ ਦੱਸਦਾ ਸੀ ਵੀ ਆਉਂਦੇ ਹਾਂ ਸਾਹਮਣੇ ਸਾਹਮਣੇ ਗੱਲ ਹੋ ਜੂਗੀ ਉਹਨਾਂ ਨੂੰ ਸੱਦ ਕੇ ਇੱਥੇ ਤੱਕ ਦਬਾਅ ਪਾਇਆ ਗਿਆ ਵੀ ਜਾਂ ਫੈਸਲਾ ਕਰ ਲਓ ਨਹੀਂ ਤਾਂ ਮੈਂ ਫਿਰ ਰੈਸਟ ਪਾਊਂਗਾ ਅਖੀਰ 'ਤੇ ਸ਼ਾਮੀ ਜਦੋਂ ਸਾਡੀ ਗੱਲ ਟੁੱਟੀ ਆ ਮੈਂ ਕਿਹਾ ਤੁਸੀਂ ਰੈਸਟ ਪਾਓ ਜੇ ਸਾਡੇ 'ਚ ਹਿੰਮਤ ਆਊਗੀ ਅਸੀਂ ਰੈਸਟਾਂ ਪੜਾਈਆਂ ਅਸੀਂ ਮਨਜੀਤ ਸਿੰਘ ਧਨੇਰ ਨੂੰ ਦੇਸ਼ ਦਾ ਇਤਿਹਾਸ ਕਹਿ ਰਿਹਾ ਆ ਸਜ਼ਾ 20 ਸਾਲ ਦੀ ਹੋ ਜੀ ਕਿਸਾਨ ਯੂਨੀਅਨ ਅਸੀਂ ਉੱਥੇ ਇਕੱਠੇ ਹੋ ਕੇ ਜੇਲ੍ਹ ਦੇ ਮੂਹਰੇ ਧਰਨਾ ਲਾ ਕੇ ਅਸੀਂ ਆਪਣੇ ਕਿਸਾਨ ਆਗੂ ਨੂੰ ਮਨਜੀਤ ਸਿੰਘ ਧਨੇਰ ਨੂੰ ਜੇਲ੍ਹ 'ਚੋਂ ਰਿਹਾਅ ਕਰਾਇਆ ਅਤੇ ਐਸ ਐਚ ਓ ਸਾਹਿਬ ਨੂੰ ਦੱਸਣਾ ਚਾਹੁੰਦੇ ਹਾਂ ਤੇਰੀਆਂ ਰੈਸਟਾਂ ਸਾਡੇ ਅੱਗੇ ਕੁਛ ਨਹੀਂ ਕਰਨਗੀਆਂ ਜੇ ਤੂੰ ਇਸੇ ਤਰ੍ਹਾਂ ਧੱਕੇ ਕਰੂੰਗਾ ਅਤੇ ਅਸੀਂ ਫਿਰ ਸੜਕਾਂ 'ਤੇ ਆਵਾਂਗੇ ਅਸੀਂ ਪਿੰਡ ਪਿੰਡ ਜਾ ਕੇ ਮੁਜ਼ਾਹਰੇ ਤੇਰੇ ਖਿਲਾਫ਼ ਕਰਾਂਗੇ ਅਸੀਂ ਕਦੇ ਵੀ ਇਹ ਗੱਲ ਸਹਿਣ ਨਹੀਂ ਕਰਾਂਗੇ ਤੂੰ ਜੋ ਮਰਜ਼ੀ ਕਰੀ ਜਾਵੇਂ ਪੂਰੇ ਪੰਜਾਬ ਦੇ ਵਿੱਚੋਂ ਇੱਕ ਨੰਬਰ ਦਾ ਜ਼ਿਲ੍ਹਾ ਜਲੰਧਰ ਆ ਜਲੰਧਰ ਜ਼ਿਲ੍ਹਾ ਦੇ ਵਿੱਚੋਂ ਇੱਕ ਨੰਬਰ ਦਾ ਥਾਣਾ ਨਕੋਦਰ ਦੇ ਏਰੀਆ ਨਕੋਦਰ ਜਿਹਨੂੰ ਕਹਿੰਦੇ ਆਪਾਂ ਬੜੇ ਸੁਲਝੇ ਲੋਕ ਨੇ ਇੱਥੇ ਜੇ ਤੂੰ ਇਹਨਾਂ ਲੋਕਾਂ ਦੇ ਨਾਲ ਇਸੇ ਤਰ੍ਹਾਂ ਧੱਕੇ ਕਰੂੰਗਾ ਅਤੇ ਫਿਰ ਬਾਕੀ ਸਾਹਿਬ ਕਿਸੇ ਪਤਾ ਨਹੀਂ ਕਿੰਨੇ ਕਿੰਨੇ ਥਾਈਂ ਡਿਊਟੀ ਕੀਤੀ ਹੋਣੀ ਤਾਂ ਤੂੰ ਕਿਵੇਂ ਧੱਕੇ ਕਰਦਾ ਰਿਹਾ ਹੋਊਗਾ ਕਿਵੇਂ ਲੋਕ ਸਹਿਣ ਕਰਨਗੇ ਇਹ ਸਾਡੀ ਬਰਦਾਸ਼ਤ ਤੋਂ ਬਾਹਰ ਆ ਇਸ ਕਰਕੇ ਅੱਜ ਅਸੀਂ ਇਹ ਦੁਖੀ ਹੋ ਕੇ ਆਏ ਹਾਂ ਨਹੀਂ ਤਾਂ ਮੋਰੇ ਕਣਕ ਦੀਆਂ ਵਾਢੀ ਆਉਣ ਵਾਲੀ ਆ ਆਪਣੀਆਂ ਤਿਆਰੀਆਂ ਕਰਨੀਆਂ ਸੌ ਅਸੀਂ ਆਪਣੇ ਸੰਦ ਸਿੜੇ ਤਿਆਰ ਕਰਨੇ ਹੁੰਦੇ ਆ ਬੜੇ ਕੰਮ ਨੇ ਵਿਸਾਖੀ ਦਾ ਦਿਹਾੜਾ ਮਨਾਉਣਾ ਸਾਰੇ ਗੁਰਸਿੱਖ ਬੰਦੇ ਨੇ ਸਾਰੇ ਗੁਰੂ ਘਰ ਨੂੰ ਮੰਨਣ ਵਾਲੇ ਲੋਕ ਨੇ ਅਤੇ ਅੱਜ ਸਾਨੂੰ ਮੁਕਤ ਮੁੱਲਾ ਪਰੇਸ਼ਾਨ ਕਰਕੇ ਐਸ ਐਚ ਓ ਨੇ ਥਾਣੇ ਦੇ ਮੋਹਰੇ ਬੈਠਣ ਲਈ ਮਜਬੂਰ ਕੀਤਾ ਹੁਣ ਤੁਸੀਂ ਕੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਪਰਚਾ ਰੱਦ ਕੀਤਾ ਜਾਵੇ ਐਸ ਐਚ ਓ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੇ ਐਸ ਐਚ ਓ ਨੇ ਗਲਤ ਪਰਚਾ ਕੀਤਾ ਔਰ 16 ਬੰਦਿਆਂ ਨੂੰ ਸੱਦ ਕੇ ਸਾਡੇ ਬੰਦੇ ਨੂੰ ਥ੍ਰੈਟ ਕੀਤਾ ਅਤੇ ਨਾਲੇ ਉਹਦੇ ਖਿਲਾਫ਼ ਪਰਚਾ ਕੀਤਾ ਅਤੇ ਨਾਲੇ ਚੋਰੀ ਦਾ ਪਰਚਾ ਦਿੱਤਾ ਅਤੇ ਨਾਲੇ ਆਪਣੇ ਜਿੰਦੇ ਤੜਾਕ ਉਹਨਾਂ ਦਾ ਕਬਜ਼ਾ ਕਰਾਇਆ ਹਾਂਜੀ ਸਰ ਕੀ ਨਾਮ ਜੀ ਨਾਮ ਗੁਰਿੰਦਰ ਸਿੰਘ ਹੈ ਜੀ ਗੁਰਿੰਦਰ ਜੀ ਕੀ ਗੱਲਬਾਤ ਹੋਈ ਆ ਇਹ ਗੱਲਬਾਤ ਇੱਦਾਂ ਹੋਈ ਹੈ ਜੀ ਅਸੀਂ ਮੇਰਾ ਪਿੰਡ ਉੱਗੀ ਆ ਜੀ ਅਤੇ ਸਾਡੀਆਂ ਆਪਣੀਆਂ ਵਿਰਾਸਤ ਦੁਕਾਨਾਂ ਸਾਡੀ ਉੱਗੀ ਕਾਫੀ ਦੁਕਾਨਾਂ 20 25 ਇਹ ਬੰਦਾ ਜਸਵਿੰਦਰ ਸਿੰਘ ਆਜ਼ਾਦ ਜੀ ਇੱਕ ਬਦਮਾਸ਼ ਟਾਈਪ ਦਾ ਬੰਦਾ ਜੀ ਅੱਗੇ ਉਹ ਹੀ ਧੱਕਾ ਕਰ ਚੁੱਕਾ ਜੀ ਸਾਡੇ ਨਾਲੇ ਮੇਰੇ ਬਜ਼ੁਰਗਾਂ ਨੇ ਵੀ ਕੀਤਾ ਸਾਡੇ ਨਾਲ ਵੀ ਕੀਤਾ ਦੋ ਸਾਡੀ ਦੁਕਾਨ ਅੱਗੇ ਵੀ ਇਹਨੇ ਕੋਸ਼ਿਸ਼ ਕੀਤੀ ਆ ਉਦੋਂ ਵੀ ਸਾਡੇ ਪਿੰਡ 'ਚ ਬੰਦੇ ਨੇ ਬਹਿ ਕੇ ਇਹਨਾਂ ਸਾਡਾ ਸਮਝੌਤਾ ਕਰਾਇਆ ਸੀ ਉਹ ਇਹ ਬੰਦਾ ਫਿਰ ਵੀ ਟਲਿਆ ਜੀ ਇਹਨੇ ਹਫ਼ਤਾ ਕਿੱਧਰ ਸਾਡੀ ਦੁਕਾਨ ਜਿੱਦੇ ਤੋੜ ਕੇ ਦੁਕਾਨ ਦਾ ਸਮਾਨ ਬਾਹਰ ਸੁੱਟਤਾ ਉਹ ਦੁਕਾਨ 'ਤੇ ਨਜਾਇਜ਼ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਸਾਡੀ ਦੁਕਾਨਾਂ 'ਤੇ ਉਹਦੇ ਅਗੇਂਸਟ ਅਸੀਂ ਫਿਰ ਆਪਣਾ ਇੱਥੇ ਆਪਣਾ ਪਰਚਾ ਦਰਜ ਕਰਾਇਆ ਜੀ ਕਿਉਂਕਿ ਇਹਨੇ ਸਾਰਾ ਸਮਾਨ ਸਮੂਨ ਆਪਣਾ ਬੰਦੇ ਦਾ ਕਾਫੀ ਕੀਮਤੀ ਸਮਾਨ ਸੀ ਬਾਰਦਾਨਾ ਉਹ ਚੋਰੀ ਕੀਤਾ ਇਹਨੇ ਜੀ ਉਹਦਾ ਖੁਦ ਬੁੱਧ ਕੀਤਾ ਉਹ ਕੀਮਤੀ ਸਮਾਨ ਸੀ ਕਾਫੀ ਕੁਝ ਕੀਤਾ ਜੀ ਇਹਨੇ ਉਹਦੇ ਅਗੇਂਸਟ ਅਸੀਂ ਪਰਚਾ ਕਰਾਇਆ ਵਾ ਪਰ ਇਹ ਆਪਣੀ ਇੱਕ ਯੂਨੀਅਨ ਦੀ ਆੜ ਹੇਠ ਆਪਣੇ ਆਪ ਨੂੰ ਕਰ ਰਿਹਾ ਵੀ ਮੈਂ ਉਹਦੇ ਨਾਲ ਦੀ ਟੈਸਟਰਾਈਜ਼ ਕਰ ਰਿਹਾ ਵਾ ਪ੍ਰਸ਼ਾਸਨ ਨੂੰ ਤਾਂ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਆਪਣਾ ਯੂਨੀਅਨ ਆਪਣੀ ਹੋਰ ਕੰਮ ਲਈ ਬਣੀ ਸੀ ਉਹਨਾਂ ਨੂੰ ਇਹ ਬਦਨਾਮ ਨਾ ਕਰੇ ਕਿਉਂਕਿ ਇਹ ਬਦਮਾਸ਼ ਟਾਈਪ ਦਾ ਬੰਦਾ ਸੀ ਇਹ ਯੂਨੀਅਨ ਨੂੰ ਵੀ ਇਹ ਕਹਿਣਾ ਚਾਹੁੰਦੇ ਜੇ ਬੰਦੇ ਨੂੰ ਬਾਹਰ ਕੱਢਿਆ ਜਾਵੇ ਨਹੀਂ ਤਾਂ ਬੰਦੇ ਨੂੰ ਹੋਰ ਸ਼ਹਿ ਮਿਲੂਗੀ ਅਤੇ ਹੋਰ ਜਿੱਦਾਂ ਗਲਤ ਕੰਮ ਕਰੂੰਗਾ ਯੂਨੀਅਨ ਬਦਨਾਮ ਹੋਊਗੀ ਅਤੇ ਅਸੀਂ ਬਹਿੰਦੇ ਸੀ ਖੁਦ ਕਿਸਾਨ ਹੈ ਅਸੀਂ ਖੁਦ ਜ਼ਿਮੀਂਦਾਰ ਹਾਂ ਅਸੀਂ ਵੀ ਯੂਨੀਅਨ ਨੂੰ ਬਿਲੋਂਗ ਕਰਦੇ ਹਾਂ ਪਰ ਸਾਡਾ ਮਤਲਬ ਇਹ ਨਹੀਂ ਕਿਸੇ ਨਾਲ ਕਬਜ਼ੇ ਕਰੀਏ ਜਾ ਕੇ ਕਿਸੇ ਗਲਤ ਬੰਦੇ ਨਾਲ ਖੜੀਏ ਯੂਨੀਅਨ ਨੂੰ ਅਸੀਂ ਅਪੀਲ ਕਰਾਂਗੇ ਬੰਦੇ ਨੂੰ ਬਾਹਰ ਕੀਤਾ ਜਾਵੇ ਤੁਸੀਂ ਰਾਜੇਵਾਲ ਜਿਹੜੀ ਹੈਗੀ ਸੰਸਥਾ ਹੈਗੀ ਉਹਨਾਂ ਵੱਲੋਂ ਉੱਧਰ ਧਰਨਾ ਲਗਾਇਆ ਜਾ ਰਿਹਾ ਤੁਸੀਂ ਵੀ ਇੱਥੇ ਧਰਨਾ ਲਗਾ ਰਹੇ ਕੀ ਕਾਰਨ ਸਾਡਾ ਧਰਨਾ ਕੋਈ ਨਜਾਇਜ਼ ਨਹੀਂ ਹੈਗਾ ਜੀ ਉਹਨਾਂ ਨੇ ਧਰਨਾ ਬਲਕਿ ਨਜਾਇਜ਼ ਆ ਉਹ ਗਲਤ ਬੰਦੇ ਸਪੋਰਟ ਕਰ ਰਹੇ ਆ ਅਸੀਂ ਤਾਂ ਆਪਣਾ ਜੀ ਪੱਖ ਰੱਖ ਰਹੇ ਹਾਂ ਠੀਕ ਹੈ ਅਸੀਂ ਤਾਂ ਆਪਣੇ ਵਿਕਟਿਮ ਹੈ ਅਸੀਂ ਤਾਂ ਜੀ ਅਸੀਂ ਤਾਂ ਸੋਰੀ ਅਸੀਂ ਜੀ ਸਾਡੇ ਨਾਲ ਧੱਕਾ ਹੋਇਆ ਵਾ
ਅਸੀਂ ਤਾਂ ਕਹਿ ਰਹੇ ਹਾਂ ਉਹਦੀ ਜੋ ਉਹਦੀ ਬਣਦੀ ਕਾਰਵਾਈ ਉਹ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਾ ਜਾਵੇ ਨਹੀਂ ਪੁਲਿਸ ਵੱਲੋਂ ਤਾਂ ਕਾਰਵਾਈ ਕੀਤੀ ਗਈ ਤੁਹਾਨੂੰ ਫਿਰ ਵੀ ਥਾਣੇ ਆਉਣਾ ਪਿਆ ਕੀ ਕਾਰਨ ਹੋ ਗਿਆ ਜੀ ਅਸੀਂ ਇਹ ਕਰ ਰਹੇ ਹਾਂ ਪ੍ਰਸ਼ਾਸਨ ਨੂੰ ਬੇਨਤੀ ਕਰਨ ਆਇਆ ਵੀ ਕਿਸੇ ਨੂੰ ਪ੍ਰੈਸ਼ਰਾਈਜ਼ ਥੱਲੇ ਨਾ ਆਉਣ ਜੋ ਸੱਚ ਨੂੰ ਸੱਚ ਰੱਖਣ ਝੂਠ ਨੂੰ ਝੂਠ ਰੱਖਣ ਅਸੀਂ ਤਾਂ ਇਹ ਬੇਨਤੀ ਕਰਨਾ ਚਾਹੁੰਦੇ ਪ੍ਰਸ਼ਾਸਨ ਨੂੰ ਕਿ ਉਹ ਕਿਸੇ ਇੱਦਾਂ ਦੀ ਪ੍ਰੈਸ਼ਰ ਕਰਕੇ ਉਹਨੂੰ ਕੋਈ ਰਿਲੀਫ ਨਾ ਦੇਣ ਕਿਸੇ ਤਰ੍ਹਾਂ ਨਹੀਂ ਫਿਰ ਧਰਨਾ ਲਗਾਉਣ ਦੀ ਕੀ ਜ਼ਰੂਰਤ ਪੈ ਗਈ ਧਰਨਾ ਕੋਈ ਲਾਇਆ ਸਾਡੇ ਸਾਰੇ ਆਪਣੇ ਜੀ ਆਪਣੇ ਬੰਦੇ ਆ ਪੰਚਾਇਤੀ ਬੰਦੇ ਆ ਜਿਹਦੇ ਜਿਹਦੇ ਮਗਰ ਉਹ ਜੇ ਬੰਦਾ ਸਾਡੇ ਉੱਗੀ ਤਾਂ ਮਗਰ ਪਿੰਡ ਬੰਦਾ ਇੱਕ ਵੀ ਨਹੀਂ ਆਇਆ ਪਿੰਡ ਨੂੰ ਸਾਰੇ ਲਾਮਲੇ ਬੰਦੇ ਆ ਅਸੀਂ ਤਾਂ ਆਪਣੇ ਇੱਕ ਪਿੰਡ ਤੌਰ 'ਤੇ ਪੰਚਾਇਤੀ ਤੌਰ 'ਤੇ ਅਸੀਂ ਬੇਨਤੀ ਕਰਨਾ ਹੈ ਸਰ ਕੀ ਕਾਰਨ ਆ ਇੱਕ ਪਾਸੇ ਰਾਜੇਵਾਲ ਇੱਕ ਪਾਸੇ ਲੱਖੋਵਾਲ ਦੋਨੇ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਧਰਨਾ ਲਗਾਉਣ ਲਈ ਨਕੋਦਰ ਪਹੁੰਚੀਆਂ ਹੋਈਆਂ ਥਾਣੇ ਦੇ ਵਿੱਚ ਕੀ ਮਾਮਲਾ ਇਹ ਬ੍ਰਦਰ ਇੱਕ 32 ਨੰਬਰ ਐਫ ਆਈ ਆਰ ਦਰਜ ਹੋਈ ਸੀ ਉੱਗੀ ਚੌਕੀ ਦੇ ਵਿੱਚ ਕੋਈ ਦੁਕਾਨਾਂ ਦਾ ਸਕੂਲ ਦਾ ਰੌਲਾ ਉੱਥੇ ਇੱਕ ਚੋਰੀ ਦੀ ਐਫ ਆਈ ਆਰ ਦਰਜ ਹੋਈ ਉਹਦੇ ਵਿੱਚ ਕੱਲ੍ਹ ਇੱਕ ਜਸਵਿੰਦਰ ਸਿੰਘ ਨਾਂ ਦੇ ਬੰਦੇ ਦੀ ਅਰੈਸਟ ਪਾਈ ਗਈ ਸੀ ਠੀਕ ਹੈ ਜੀ ਜਸਵਿੰਦਰ ਸਿੰਘ ਦੀ ਪਾਰਟੀ ਇਹ ਕਲੇਮ ਕਰ ਰਹੀ ਆ ਵੀ ਉਹਦੀ ਅਰੈਸਟ ਗਲਤ ਪਈ ਹੈ ਜਦਕਿ ਉਹਦੀ ਜਿਹੜੀ ਅਰੈਸਟ ਆ ਬਿਲਕੁਲ ਤੱਥਾਂ ਦੇ ਆਧਾਰ 'ਤੇ ਪਾਈ ਗਈ ਸਰ ਕੋਈ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਏ ਜੀ ਇਹ ਤਾਂ ਤਫਤੀਸ਼ੀ ਅਫਸਰ ਤੁਹਾਨੂੰ ਬਿਹਤਰ ਦੱਸ ਸਕਦਾ ਮੈਨੂੰ ਇਹਦੇ ਬਾਰੇ ਪਤਾ ਨਹੀਂ ਸਰ ਮਾਮਲਾ ਆਖਿਰ ਕੀ ਹੈਗਾ ਵਾ ਜਿਹੜਾ ਇਹਨਾਂ ਨੂੰ ਜਿਹੜਾ ਹੈਗਾ ਆ ਕੇ ਧਰਨੇ ਲਗਾਉਣੇ ਪੈ ਰਹੇ ਹੈਗੇ ਆ ਕੀ ਇਹ ਇਨਸਾਫ਼ ਦੀ ਮੰਗ ਕਰ ਰਹੇ ਨੇ ਕੀ ਮੰਗ ਕਰ ਰਹੇ ਨੇ ਇਹ ਬਿਲਕੁਲ ਬ੍ਰਦਰ ਇੱਕ ਪਾਰਟੀ ਜਿਹੜੀ ਆ ਉਹ ਕਹਿ ਰਹੀ ਆ ਦੇਖੋ ਜੀ ਵੀ ਸਾਡੇ 'ਤੇ ਲਗਾਤਾਰ ਦੁਕਾਨਾਂ ਅਸੀਂ ਕਿਰਾਏ 'ਤੇ ਦਿੰਦੇ ਹਾਂ ਉਹਦੇ ਜਿੰਦਰੇ ਤੋੜ ਕੇ ਜਿਹੜਾ ਸਾਡੇ ਕਿਰਾਏਦਾਰਾਂ ਨੂੰ ਪ੍ਰਸ਼ਾਰਨ ਕੀਤਾ ਜਾਂਦਾ ਜਦਕਿ ਇਸ ਬੰਦੇ ਨੂੰ ਇੱਕ ਦੁਕਾਨ ਦਿੱਤੀ ਆ ਜਿਹੜਾ ਕੋਰਟ 'ਚ ਮੈਟਰ ਚੱਲਦਾ ਜੋ ਕੋਰਟ ਫੈਸਲਾ ਕਰੇਗੀ ਸਾਨੂੰ ਮੰਨਣਯੋਗ ਹੋਏਗਾ ਠੀਕ ਆ ਨਾ ਪਰ ਦੂਜੀ ਧਿਰ ਕਹਿ ਰਹੀ ਆ ਵੀ ਨਹੀਂ ਜਿਹੜਾ ਸਾਡੇ ਬੰਦੇ 'ਤੇ ਪਰਚਾ ਦਰਜ ਹੋਇਆ ਹੈ ਗਲਤ ਦਰਜ ਹੋਇਆ ਆਪਣਾ ਪੱਖ ਆ ਉਹ ਆਪਣਾ ਪੱਖ ਰੱਖ ਰਹੀ ਹੈ ਪਰ ਉਹਨਾਂ ਵੱਲੋਂ ਆਰੋਪ ਲਗਾਏ ਜਾ ਰਹੇ ਆ ਕਿ ਕਿਸਾਨ ਜਥੇਬੰਦੀਆਂ ਦੀ ਆੜ ਦੇ ਵਿੱਚ ਜਿਹੜਾ ਹੈਗਾ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਤੇ ਬੰਦਾ ਛਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਰੋਪਾਂ ਦੀ ਜਿਹੜੀ ਆ ਉਹ ਉਹੀ ਦੱਸ ਸਕਦੇ ਵੀ ਉਹ ਆਰੋਪ ਕਿਸ ਆਧਾਰ 'ਤੇ ਲਾ ਰਹੇ ਆ ਉਹਨਾਂ ਬਾਰੇ ਉਹੀ ਦੱਸ ਸਕਦੇ ਠੀਕ